ਐਤੀਆਣਾ ਖੜ੍ਹੇ ਹਾਂ। ਲੁਧਿਆਣਾ ਹੈ ਡਿਸਟ੍ਰਿਕਟ ਦਾ ਪਿੰਡ ਹੈ, ਕਲਾਕਾਰਾਂ ਦੀ ਧਰਤੀ ਦਾ ਪਿੰਡ ਹੈ। ਬੀਬੀ ਦਲਜੀਤ ਕੌਰ ਹੋਰੀ ਸਾਡੇ ਪੰਜਾਬੀ ਸਿਨੇਮੇ ਦੀ ਸਮੋਰ ਅਦਾਕਾਰਾ, ਜਿਨ੍ਹਾਂ ਨੇ ਲੰਬਾ ਸਮਾਂ ਸਨ 80 ਤੋਂ ਲੈ ਕੇ 90 ਤੱਕ ਦਾ ਦਰਸ਼ਕ ਸੀ ਉਹਤੇ ਰਾਜ ਕੀਤਾ ਪੰਜਾਬੀ ਸਿਨੇਮੇ 'ਤੇ, ਬਹੁਤ ਸਾਰੀਆਂ ਹਿੰਦੀ ਫਿਲਮਾਂ ਵੀ ਕੀਤੀਆਂ, ਪੰਜਾਬੀ ਵੀ ਕੀਤੀਆਂ, ਅੱਜ ਉਹਨਾਂ ਦੀ ਅੰਤਮ ਅਰਦਾਸ ਲਈ ਪਹੁੰਚੇ ਸੀ। ਬਿਨਾਂ ਸ਼ੱਕ ਇਸ ਪਿੰਡ ਦੇ ਵਿੱਚੋਂ ਹੀ ਪਹਿਲਾਂ ਗਾਇਕ ਕੇਦੀਪ ਵੀ ਹੋਏ ਨੇ, ਇਸੇ ਪਿੰਡ ਦੇ ਵਿੱਚੋਂ ਹਰਪਾਲ ਟਵਾਣਾ ਰੰਗਮੰਚ ਦਾ ਵੱਡਾ ਨਾਂ ਜਿਹੜਾ ਹੋਇਆ। ਸੋ ਬੀਬੀ ਦਲਜੀਤ ਕੌਰ ਹੋਰਾਂ ਦਾ ਮਤਲਬ ਜਾਣ ਦੀ ਉਮਰ ਨਹੀਂ ਸੀ, ਬੜਾ ਅਫਸੋਸ ਹੈ। ਅਸੀਂ ਆਪਣੀ ਐਸੋਸੀਏਸ਼ਨ ਪੰਜਾਬੀ ਫਿਲਮ ਐਂਡ ਟੈਲੀਵਿਜ਼ਨ ਐਕਟਰ ਐਸੋਸੀਏਸ਼ਨ ਵੱਲੋਂ ਦੁੱਖ ਪ੍ਰਗਟ ਕਰਦੇ ਹਾਂ। ਸੋ ਸਾਡੀ ਟੀਮ ਅੱਜ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੀ ਸੀ। ਸੋ ਮੈਂ ਸਮਝਦਾ ਕਿ ਜਿਹੜੀ ਉਹਨਾਂ ਦੀ ਦੇਣ ਹੈ ਉਹ ਵੱਡੀ ਦੇਣ ਹੈ ਪੰਜਾਬੀ ਸਿਨੇਮੇ ਲਈ, ਉਹ ਅਸੀਂ ਕਦੇ ਨਹੀਂ ਭੁਲਾਵਾਂਗੇ। ਕੋਸ਼ਿਸ਼ ਕਰਾਂਗੇ ਉਹਨਾਂ ਦੀ ਯਾਦ ਦੇ ਵਿੱਚ ਕੁਝ ਬਣਾਇਆ ਜਾਵੇ, ਕੋਈ ਦਿਨ ਮਨਾਇਆ ਜਾਵੇ, ਜਿਹਦੇ ਨਾਲ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਸਾਡੀ ਇਸ ਲਾਈਨ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਹੈ, ਉਹ ਦਲਜੀਤ ਕੌਰ ਦੀਆਂ ਉਹਨਾਂ ਫਿਲਮਾਂ ਨੂੰ, ਉਹਨਾਂ ਦੀ ਅਦਾਕਾਰੀ ਨੂੰ ਯਾਦ ਰੱਖ ਸਕਣ। ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਇਹਦੇ ਬਾਰੇ ਕੀ ਕਹੋਗੇ? ਮੰਗ ਤਾਂ ਉਹੀ ਹੈ ਕਿਉਂਕਿ ਸਾਡੇ ਕੋਲ ਨਾ ਪੰਜਾਬੀ ਸਿਨੇਮੇ ਦੇ ਜਿਹੜੇ ਬਹੁਤ ਸਾਰੇ ਐਸੇ ਅਦਾਕਾਰ ਸੀਗੇ ਜਿਨ੍ਹਾਂ ਵਿੱਚੋਂ ਆਪਾਂ ਮੇਲ ਮਿੱਤਰ ਸਾਹਿਬ ਦਾ ਨਾਂ ਲੈ ਸਕਦੇ ਹਾਂ। ਸੋ ਵੱਡੇ ਜਿਹੜੇ ਲੋਕ ਸੀ, ਡਾਕਟਰ ਸੁਰਿੰਦਰ ਸ਼ਰਮਾ ਹੋ ਗਏ, ਇਹ ਜਿਹੜੇ ਲੋਕ ਚਲੇ ਗਏ, ਸਤੀਸ਼ ਕੌਲ ਜੀ ਵੀ ਹੋ ਗਏ, ਪੰਜਾਬੀ ਸਿਨੇਮੇ ਲਈ ਵੱਡਾ ਨਾਂ ਸੀ ਉਹਨਾਂ ਲੋਕਾਂ ਦਾ, ਕਿ ਇਹਨਾਂ ਲੋਕਾਂ ਲਈ ਅਸੀਂ ਕੀ ਕਰ ਸਕਦੇ ਹਾਂ? ਮੈਨੂੰ ਲੱਗਦਾ ਕੋਈ ਯਾਦਗਾਰ ਕੋਈ ਇਹੋ ਜਿਹੀ ਬਣਾਈ ਜਾਵੇ ਤਾਂ ਕਿ ਚਿਰ ਸਦੀ ਵੀ ਹੋ ਸਕੇ। ਮੈਨੂੰ ਲੱਗਦਾ ਸਰਕਾਰ, ਜੇ ਅਸੀਂ ਇਕੱਠੇ ਹੋ ਕੇ ਇਹ ਮੰਗ ਰੱਖਾਂਗੇ ਤਾਂ ਸਾਡੀ ਸਰਕਾਰ ਗੱਲ ਸੁਣੂਗੀ, ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਦਾ ਕੋਈ ਫੈਸਟੀਵਲ ਹੋਵੇ, ਤਾਂ ਕਿ ਉਹ, ਕਿਉਂਕਿ ਜਾਣਾ ਦੇਖੋ ਸਭ ਨੇ ਹੈ ਇੱਕ ਦਿਨ, ਪਰ ਉਹ ਬੰਦਾ ਯਾਦ, ਕਿਉਂਕਿ ਫਿਲਮ ਲਾਈਨ ਦੇ ਲੋਕ ਇਸ ਕਰਕੇ ਅਦਾਕਾਰ ਲੰਬੇ ਸਮੇਂ ਤੱਕ ਜਿਉਂਦਾ ਰਹਿੰਦਾ ਕਿਉਂਕਿ ਲੋਕ ਲੰਬੇ ਸਮੇਂ ਤੱਕ ਉਹਨੂੰ ਦੇਖਦੇ ਰਹੇ ਨੇ। ਸੋ ਐਸੇ ਕੋਈ ਉਪਰਾਲੇ ਕੀਤੇ ਜਾਣ, ਇਹ ਸਰਕਾਰ ਤੋਂ ਮੰਗ ਕਰਾਂਗੇ ਅਸੀਂ। ਅਕਸਰ ਦੇਖਿਆ ਨਾ, ਜਦੋਂ ਕਲਾਕਾਰ ਫਿਲਮਾਂ ਵਿੱਚ ਕੰਮ ਕਰਦੇ ਆ ਉਦੋਂ ਤੱਕ ਹੀ ਉਹਨਾਂ ਦੀ ਮਾਣ ਤਾਂ ਰਹਿੰਦਾ, ਜਦੋਂ ਪਿੱਛੇ ਹੋ ਜਾਂਦੇ ਆ ਬਾਅਦ 'ਚ ਕੋਈ ਨਹੀਂ ਪੁੱਛਦਾ ਨੂੰ। ਨਹੀਂ, ਉਹ ਇੱਕ ਰੋਟੇਸ਼ਨ ਹੈ ਜੀ, ਘੁੰਮਰੇ ਆ, ਕੋਈ ਮੂਵਲੀਆ ਵੇਚ ਰਿਹਾ। ਨਹੀਂ, ਉਹ ਰੋਟੇਸ਼ਨ ਹੈ ਜੀ, ਮੈਂ ਤੁਹਾਨੂੰ ਦੱਸਦਾ, ਕਿਉਂਕਿ ਇਸ ਲਾਈਨ ਦੇ ਵਿੱਚ ਵੀ ਜਾਂ ਹਰ ਲਾਈਨ ਦੇ ਵਿੱਚ ਵੀ ਜਦੋਂ ਪੋਤਾ ਮੁਖਤਿਆਰ ਹੋ ਜਾਂਦਾ ਘਰ ਦੇ ਵਿੱਚ ਤਾਂ ਦਾਦੇ ਦੀ ਪੁੱਛ ਘੱਟ ਜਾਂਦੀ ਹੈ, ਇਹ ਕੁਦਰਤੀ ਗੱਲ ਹੈ। ਪਰ ਅਸੀਂ ਲਾਈਮ ਲਾਈਟ ਦੇ ਲੋਕ ਹਾਂ, ਅਸੀਂ ਫਿਲਮਾਂ ਦੇ ਲੋਕ ਹਾਂ, ਇਸ ਕਰਕੇ ਸਾਡੇ 'ਤੇ ਉਂਗਲੀ ਉਠਾਉਣੀ ਬਹੁਤ ਸੌਖੀ ਹੈ। ਪਰ ਮੈਂ ਸਮਝਦਾ ਕਿ ਹਰ ਬੰਦਾ ਆਪਣੇ ਪਰਿਵਾਰ ਲਈ ਨਿਰਵਾਹ ਕਰਦਾ, ਅਸੀਂ ਬਹੁਤ ਵੱਡਾ, ਤੁਸੀਂ ਲੋਕਾਂ ਨੇ ਸਾਨੂੰ ਬਹੁਤ ਵੱਡਾ ਕਰ ਦਿੱਤਾ, ਇਸ ਕਰਕੇ ਜਦੋਂ ਅਸੀਂ ਕੋਈ ਵੀ ਆਮ ਕੰਮ ਕਰਦੇ ਹੋ, ਸਮਝ ਆਉਂਦੇ ਬੰਦਾ ਆਮ ਕੰਮ ਕਿਉਂ ਕਰਦਾ। ਸੋ ਮੈਂ ਸਮਝਦਾ ਦਲਜੀਤ ਭੈਣ ਜੀ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਕਿ ਪਰਿਵਾਰ ਨੇ ਬਹੁਤ ਚੰਗੀ ਤਰ੍ਹਾਂ ਸਾਂਭਿਆ, ਕਿਉਂਕਿ ਲੰਬੀ ਬਿਮਾਰੀ ਦੇ ਵਿੱਚ ਪੀੜਿਤ ਰਹੇ ਉਹ, ਉਸ ਦੌਰਾਨ ਉਹਨਾਂ ਨੂੰ ਸਾਂਭਣਾ, ਇੱਕ ਬੱਚੇ ਦੀ ਤਰ੍ਹਾਂ ਸਾਂਭਣਾ ਇੱਕ ਵੱਡੀ ਗੱਲ ਸੀ। ਥੈਂਕ ਯੂ ਮਿਹਰਬਾਨੀ। ਕਹਿਣਾ ਕੀ ਹੈ, ਸਾਡੀ ਸਿਰਮੌਰ ਬੀਬੀ ਦਲਜੀਤ ਕੌਰ ਇਸ ਦੁਨੀਆ ਪਾਨੀ ਦੁਨੀਆ ਤੋਂ ਚੱਲ ਵਸੀ ਹੈ। ਅੱਜ ਅਸੀਂ ਉਹਦੇ ਸਾਰੇ ਐਸੋਸੀਏਸ਼ਨ ਵੱਲੋਂ ਉਸ ਭੋਗ ਦੇ ਉੱਤੇ ਹਾਜ਼ਰ ਹੋਏ ਹਾਂ। ਬਸ ਦੁੱਖ ਦੀ ਗੱਲ ਇਹ ਹੈ ਨਾਲ ਕਿ ਸਾਡੇ ਕਲਾਕਾਰ ਭਾਈਚਾਰਾ ਜੋ ਉਮੀਦ ਸੀਗੀ ਕੋਈ ਨਹੀਂ ਬੌੜੇ ਆਏ ਨਹੀਂ ਹੈ। ਕਹਾਵਤ ਹੈ ਗੁਰਬਾਣੀ ਦੀ, ਜੋ ਆਇਆ ਸੋ ਚੱਲ ਸੀ, ਸਰਦੀ ਆਈ ਵਾਰੀ ਹੈ, ਉਹਨਾਂ ਨੂੰ ਸ਼ਾਇਦ ਆਪਣੀ ਵਾਰੀ ਭੁੱਲ ਗਈ ਹੈ। ਮੈਂ ਤਾਂ ਇਹ ਬੜੇ ਕੜੇ ਸ਼ਬਦਾਂ 'ਚ ਕਹਾਂਗਾ ਕਿ ਆਦਮੀ ਇੱਥੇ ਤਾਂ ਚਲਦੀ ਦਾ ਨਾਂ ਗੱਡੀ ਹੈ, ਜੇ ਚੱਲ ਰਹੀ ਹੈ ਤਾਂ ਸਭ ਕੁਛ ਹੈ। ਠੀਕ ਹੈ, ਕੀ ਕਹਿਣਾ ਚਾਹੋਗੇ ਆਪਣੀ ਭੈਣ ਦੇ ਭੋਗ 'ਤੇ ਤੁਸੀਂ ਵੀ? ਅੱਜ ਜੋ ਕਲਾਕਾਰ ਸੀ ਕਾਫੀ ਆਏ ਨਹੀਂ ਇਹਨਾਂ ਵਾਲੇ? ਨਹੀਂ, ਮੇਰੀ ਤਮਾਮ ਸਾਰੇ ਹੀ ਆ ਗਏ। ਬਹੁਤ ਲੋਕਾਂ ਦੇ ਮੈਨੂੰ ਫੋਨ ਆਇਆ, ਮੁੰਬਈ ਤੋਂ ਵੀ ਮੈਨੂੰ ਫੋਨ ਆਇਆ ਕਿ ਛੇਤੀ ਹੋ ਗਿਆ, ਸਾਤੋਂ ਪਹੁੰਚ ਨਹੀਂ ਹੋਇਆ, ਵੀ ਹੁਣ ਮੈਂ ਮੁੰਬਈ ਜਾਊਂਗਾ ਨੈਕਸਟ ਟਾਈਮ, ਸਭ ਉੱਥੇ ਬੈਠ ਕੇ ਕਰਾਂਗੇ ਅਸੀਂ। ਅਤੇ ਤਮਾਮ ਹਰ ਇੱਕ ਬੰਦੇ ਨੇ ਹੀ ਮੈਨੂੰ ਫੋਨ ਕੀਤਾ ਹੈਗਾ ਕਿ ਜੋ ਹੋਇਆ ਮਾੜਾ ਹੋਇਆ। ਸਰਕਾਰ ਤੋਂ ਕੋਈ ਮੰਗ ਕਰੋਗੇ ਇਹਨਾਂ ਦੀ ਯਾਦ ਵਿੱਚ ਕੁਛ ਬਣਾਉਣ ਨੂੰ? ਕੋਈ ਨਹੀਂ ਜੀ, ਨਹੀਂ ਨਹੀਂ, ਮੈਨੂੰ ਬਸ ਠੀਕ ਆ ਜੀ। ਥੈਂਕ ਯੂ ਆ ਸਾਰਿਆਂ ਦਾ ਹੀ, ਸਰਕਾਰ ਦਾ ਵੀ।